ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਹੋਈ ਹੈ। ਇਸ ਮੀਟਿੰਗ ਦੇ ਵਿੱਚ ਕਈ ਅਹਿਮ ਮੁੱਦਿਆਂ ਉੱਤੇ ਚਰਚਾ ਹੋਈ ਅਤੇ ਕਈ ਫੈਸਲਿਆਂ ਉੱਤੇ ਮੋਹਰ ਵੀ ਲੱਗੀ ਹੈ। ਕਿਰਤੀ ਵਰਗ ਨੂੰ ਮਜ਼ਦੂਰ ਦਿਹਾੜੇ 1 ਮਈ ਦਾ ਤੋਹਫ਼ਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਵਿਚਾਰਤ ਨੇ ਕੁਦਰਤੀ ਆਫ਼ਤਾਂ ਨਾਲ ਨੁਕਸਾਨੀ ਫਸਲ ਲਈ ਦਿੱਤੇ ਜਾਂਦੇ ਕੁੱਲ ਮੁਆਵਜ਼ੇ ਉੱਤੇ 10% ਮੁਆਵਜ਼ਾ ਰਾਸ਼ੀ ਖੇਤ ਕਾਮਿਆਂ ਨੂੰ ਦੇਣ ਦਾ ਐਲਾਨ ਵੀ ਕੀਤਾ ਹੈ। ਚੰਡੀਗੜ੍ਹ ਤੋਂ ਬਾਅਦ ਅੱਜ ਪਹਿਲੀ ਵਾਰ ਬਾਹਰ ਮੀਟਿੰਗ ਕੀਤੀ ਗਈ ਹੈ। ਮੀਟਿੰਗ ਤੋਂ ਬਾਅਦ ਖੁਦ ਮੁੱਖ ਮੰਤਰੀ ਭਗਵੰਤ ਮਾਨ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਅੱਜ ਦੀ ਕੈਬਨਿਟ ਦੇ ਵਿੱਚ कुछ रस्मी एजेंडे सी ते कुछ खास जड़े कैबिनेट दे विच पास हुए उन्हां दे विच मैं तुहानू दस दिना। एक तां कुछ लोकल बॉडी जिहड़ा लोकल ऑडिट टीम है उहदे च 87 ਪੋਸਟਾਂ ਜਿਹੜੀਆਂ ਨੇ ਉਹ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ, ਭਰਨੀਆਂ ਨੇ। ਹੁਣ ਉਹ ਘਾਟ ਚੱਲ ਰਹੀ ਹੈ, ਹਜੇ ਹੋਰ ਵੀ ਰਹਿੰਦੇ ਨੇ, ਉਹ ਵੀ ਆਉਣ ਵਾਲੇ ਦਿਨਾਂ 'ਚ ਹੋ ਜੂਗੇ। ਸਪੋਰਟਸ ਡਿਪਾਰਟਮੈਂਟ ਦੇ ਰੂਲ ਜਿਹੜੇ ਗਰੁੱਪ ਏ, ਗਰੁੱਪ ਬੀ ਅਤੇ ਗਰੁੱਪ ਸੀ ਵਾਸਤੇ, ਉਹਨਾਂ ਸੰਬੰਧੀ ਵੀ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਦੇ ਜਿਹੜੇ ਅਧਿਆਪਕ ਨੇ ਉਹਨਾਂ ਦੇ ਜਿਹੜੇ ਸੋਧੀ ਹੋਈ ਤਨਖਾਹ ਦੇ ਸਕੇਲ ਨੇ 1 ਜਨਵਰੀ 2016 ਤੋਂ ਲਾਗੂ ਹੋਣਗੇ। ਇਹ ਅਹਿਮ ਫੈਸਲਾ ਲਿਆ ਗਿਆ। ਉਹਨਾਂ ਨੂੰ ਵੀ ਜੋ ਪੇ ਕਮਿਸ਼ਨ ਦੇ 7ਵੇਂ ਪੇ ਕਮਿਸ਼ਨ ਦੇ ਜਿਹੜੇ ਸੋਧੇ ਹੋਏ ਜਿਹੜੇ ਤਨਖਾਹ ਦੇ ਸਕੇਲ ਨੇ ਉਹ ਉਹਨਾਂ ਨੂੰ ਮਿਲਣਗੇ। ਅਗਲੀ ਕੈਬਨਿਟ ਦੇ ਵਿੱਚ ਗੜਵਾਸੂ ਦੇ ਜਿੰਨੇ ਵੀ ਮਾਸਟਰ ਕੇਡਰ ਦੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਊਗੀ। ਉਸ ਤੋਂ ਬਾਅਦ ਫਿਰ PTU ਦੀ ਵਾਰੀ। 3 ਸਾਡੇ ਕੋਲ ਕੈਟਾਗਰੀਜ਼ ਨੇ ਅਤੇ ਜਿਹੜੇ ਸਕੂਲਾਂ ਵਾਲੇ ਟੀਚਰ ਨੇ ਉਹਨਾਂ ਨੂੰ ਤਾਂ ਪਹਿਲਾਂ ਹੋ ਗਿਆ ਸੀਗਾ, ਹੁਣ PAU, ਗੜਵਾਸੂ ਅਤੇ PTU, ਇਹਨਾਂ ਤਿੰਨਾਂ ਨੂੰ ਅਸੀਂ ਅਪਰੂਵ ਕਰ ਰਹੇ। ਇੱਕ ਬਾਬਾ ਬੁੱਢਾ ਜੀ ਦੀ ਜਗ੍ਹਾ ਹੈ ਅਜਨਾਲਾ ਤਹਿਸੀਲ ਦੇ ਵਿੱਚ ਰਮਦਾਸ, ਉੱਥੇ ਇੱਕ ਨਵਾਂ ਪ੍ਰਬੰਧਕੀ ਬਲਾਕ, ਉਹਨੂੰ ਮਨਜ਼ੂਰੀ ਮਿਲੀ ਹੈ। ਬਾਰਡਰ 'ਤੇ ਹੈ ਉਹ, ਅਤੇ ਉਸ ਇਲਾਕੇ ਦੇ ਲੋਕਾਂ ਨੂੰ ਕਾਫੀ ਦੂਰ ਜਾਣਾ ਪੈਂਦਾ ਸੀ ਆਪਣੇ ਕੰਮਾਂ ਕਾਰਾਂ ਲਈ। ਕੁਲਦੀਪ ਧਾਲੀਵਾਲ ਜੀ ਦਾ ਹਲਕਾ ਪੈਂਦਾ, ਸੋ ਰਮਦਾਸ ਦੇ ਵਿੱਚ ਇੱਕ ਨਵਾਂ ਪ੍ਰਬੰਧਕੀ ਬਲਾਕ ਜਿਹੜਾ ਉਹ ਕੈਬਨਿਟ ਦੇ ਵਿੱਚ ਮਨਜ਼ੂਰ ਹੋਇਆ। ਬਾਕੀ ਡਰੱਗ ਲੈਬੋਰਟਰੀ ਵਾਸਤੇ ਕੁਛ ਪੱਕੇ ਮੁਲਾਜ਼ਮ ਰੱਖਣੇ ਨੇ, ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਤਾਂ ਕਿ ਜਿਹੜਾ ਡਰੱਗਸ ਦੇ ਨਾਲ ਅਸੀਂ ਲੜ ਰਹੇ ਹਾਂ ਉਹਦੇ ਵਿੱਚ ਸਾਨੂੰ ਬਹੁਤ ਕਿਸਮ ਦਾ ਸਟਾਫ ਚਾਹੀਦਾ, ਲੈਬੋਰਟਰੀ 'ਚ ਵੀ ਚਾਹੀਦਾ। ਉਹਨਾਂ ਦੀ ਟੈਸਟਿੰਗ ਹੁੰਦੀ ਹੈ, ਕਿਹੜਾ ਡਰੱਗ ਸੀ ਇਹ, ਕਿੰਨਾ ਖਤਰਨਾਕ ਹੈ ਜਾਂ ਕੀ ਹੈ, ਇਹਦੇ ਵਿੱਚ ਕੈਮੀਕਲਸ ਕਿਹੜੇ ਨੇ, ਬਕਾਇਦਾ ਤੌਰ 'ਤੇ। 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਪੂਰੀ ਦੁਨੀਆ ਦੇ ਵਿੱਚ। ਮੇ ਡੇ ਕਹਿੰਦੇ ਨੇ, ਮਜ਼ਦੂਰ ਦਿਵਸ ਦੇ ਤੌਰ 'ਤੇ 1 ਮਈ ਨੂੰ ਮਨਾਇਆ ਜਾਂਦਾ। ਅਤੇ ਮਜ਼ਦੂਰਾਂ ਲਈ ਅਸੀਂ, ਸਾਡੀ ਸਰਕਾਰ ਵਚਨਬੱਧ ਹੈ ਕੰਮ ਕਰਨ ਲਈ। ਅਤੇ ਇੱਕ ਫੈਸਲਾ ਹੋਇਆ, ਜਿੰਨੀਆਂ ਵੀ ਫਸਲਾਂ, ਰੱਬ ਨਾ ਕਰੇ ਕੋਈ ਇੱਦਾਂ ਦੀ ਸਿਚੁਏਸ਼ਨ ਬਣੇ, ਬੇਮੌਸਮੀ ਬਰਸਾਤ ਜਾਂ ਗੜੇ ਪੈਂਦੇ ਨੇ, ਫਸਲਾਂ ਖਰਾਬ ਹੋ ਜਾਂਦੀਆਂ ਨੇ, ਜਿੰਨਾ ਵੀ ਮੁਆਵਜ਼ਾ ਕਿਸਾਨਾਂ ਨੂੰ ਸਰਕਾਰ ਦੇਊਗੀ ਉਹਦਾ 10% ਮੁਆਵਜ਼ਾ ਦਿਹਾੜੀਦਾਰਾਂ ਨੂੰ ਵੀ ਮਿਲੂਗਾ। ਖੇਤ ਮਜ਼ਦੂਰ ਜਿਹੜੇ ਨੇ ਉਹਨਾਂ ਨੂੰ 10% ਉਹਨਾਂ ਦਾ ਵੀ ਨਾਲ ਰੱਖਿਆ ਜਾਊਗਾ ਅਲੱਗ ਤੋਂ। ਫਰਜ਼ ਕਰ ਲਓ, ਜੇ ਮੈਂ ਹੁਣੀ ਐਗਜ਼ਾਮਪਲ ਦੇਵਾਂ ਕਿ 15,000 ਰੁਪਈਆ 1 ਏਕੜ ਦਾ ਖਰਾਬੇ ਦਾ ਅਸੀਂ ਪਾਇਆ ਤਾਂ ਉਹਦੇ 'ਚ 10% 1500 ਰੁਪਈਆ ਉਹਨਾਂ ਦਿਹਾੜੀਦਾਰ ਪਰਿਵਾਰਾਂ ਨੂੰ ਮਿਲੂਗਾ ਜਿਨ੍ਹਾਂ ਨੇ ਉੱਥੇ ਦਿਹਾੜੀ ਕਰਨੀ ਸੀ। ਕਿਉਂਕਿ ਜੇ ਫਸਲ ਮਰ ਗਈ ਤਾਂ ਸਮਝ ਲਓ ਕਿਸਾਨ ਦੀ ਤਾਂ ਫਸਲ ਮਰ ਹੀ ਗਈ, ਨਾਲ ਦਿਹਾੜੀ ਵਾਲਿਆਂ ਦਾ ਕੰਮ ਵੀ ਮਰ ਗਿਆ। ਸੋ ਉਸ ਕੰਮ ਦੀ ਭਰਪਾਈ ਕਰਨ ਵਾਸਤੇ ਮਜ਼ਦੂਰ ਦਿਵਸ 'ਤੇ ਅਸੀਂ ਇਹ ਤੋਹਫ਼ਾ ਦੇ ਰਹੇ ਹਾਂ। ਆਉਣ ਵਾਲੇ ਦਿਨਾਂ 'ਚ ਹੋਰ ਵੀ ਅਸੀਂ ਮਜ਼ਦੂਰਾਂ ਦੀ ਬਹੁਤ ਵੱਡੇ ਪੱਧਰ 'ਤੇ ਰਜਿਸਟ੍ਰੇਸ਼ਨ ਕਰਾਉਣੀ ਹੈ, ਕਿਉਂਕਿ ਬਹੁਤ ਘੱਟ ਮਜ਼ਦੂਰ ਰਜਿਸਟਰਡ ਨੇ, ਜਿਹਦੇ ਨਾਲ ਸੈਂਟਰ ਸਰਕਾਰ ਦੀਆਂ ਅਤੇ ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਪੋਲਿਸੀਜ਼ ਲੈਪਸ ਹੋ ਜਾਂਦੀਆਂ ਨੇ।
ਉਹ ਪੈਸਾ ਵੀ ਵਾਪਸ ਚਲਾ ਜਾਂਦਾ ਜਾਂ ਖੜਾ ਰਹਿੰਦਾ ਸਟੱਕ ਹੋ ਜਾਂਦਾ ਕਿਉਂਕਿ ਰਜਿਸਟਰਡ ਨਹੀਂ ਹੈਗੇ ਅਸੀਂ ਆਪਣੇ ਅਫਸਰਾਂ ਨੂੰ ਕਿਹਾ ਲੇਬਰ ਚੌਂਕਾਂ 'ਚ ਜਾਣ ਉੱਥੇ ਜਾ ਕੇ ਲੇਬਰ ਚੌਂਕ ਦੇ ਵਿੱਚ ਮਜ਼ਦੂਰਾਂ ਨੂੰ ਮਿਲਣ ਅਤੇ ਉਹਨਾਂ ਨੂੰ ਰਜਿਸਟਰਡ ਕਰਨ ਆਪਣੇ ਕੰਪਿਊਟਰ ਨਾਲ ਲੈ ਜਾਣ ਬਾਇਓਮੀਟ੍ਰਿਕ ਜਿਹੜਾ ਅੰਗੂਠਾ ਲਵਾਉਣ ਵਾਸਤੇ ਜਾਂ ਆਈ ਰਟੀਨਾ ਦਾ ਟੈਸਟ ਲੈਣ ਵਾਸਤੇ ਉਹ ਲੈ ਜਾਣ ਨਾਲ ਕੰਸਟਰਕਸ਼ਨ ਦੀਆਂ ਸਾਈਟਾਂ 'ਤੇ ਜਾਣ ਜਿੱਥੇ ਜਿੱਥੇ ਕੰਸਟਰਕਸ਼ਨ ਹੋ ਰਹੀ ਹੈ ਪਿੰਡਾਂ ਸ਼ਹਿਰਾਂ 'ਚ ਜਿਹੜੇ ਮਜ਼ਦੂਰ ਨੇ ਅਸਲੀ ਉਹਨਾਂ ਨੂੰ ਅੱਧੇ ਘੰਟੇ ਦੀ ਬ੍ਰੇਕ ਲੈ ਕੇ ਉੱਥੇ ਤੁਸੀਂ ਰਜਿਸਟਰ ਕਰ ਸਕਦੇ ਹੋ ਅਤੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾਣ ਸਾਰੇ ਪਿੰਡ ਨੂੰ ਪਤਾ ਹੁੰਦਾ ਕੌਣ ਕੌਣ ਦਿਹਾੜੀ ਕਰਦੇ ਨੇ ਕਿੰਨਾ ਕਿੰਨਾ ਦਾ ਪਰਿਵਾਰ ਦਿਹਾੜੀ ਤੋਂ ਜਿਹੜਾ ਉਹ ਚੱਲਦਾ ਸੋ ਅਸੀਂ ਕੋਸ਼ਿਸ਼ ਹੈ ਵੱਧ ਤੋਂ ਵੱਧ ਮਜ਼ਦੂਰਾਂ ਨੂੰ ਰਜਿਸਟਰ ਕਰਾ ਕੇ ਸਕੀਮ 'ਚ ਲੈ ਕੇ ਆਈਏ ਅਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ ਜਿਹੜੀ ਸਕੀਮ ਹੈ ਉਹਦਾ ਵੱਧ ਤੋਂ ਵੱਧ ਫਾਇਦਾ ਮਿਲ ਸਕੇ ਉਹਨਾਂ ਨੂੰ ਜਿਹਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਫੀਸ ਵੀ ਫ੍ਰੀ ਹੈ ਉਹਨਾਂ ਦਾ ਆਪਦਾ ਇਲਾਜ ਵੀ ਫ੍ਰੀ ਹੈ ਬਹੁਤ ਸਾਰੀਆਂ ਸਕੀਮਾਂ ਨੇ ਲੁਧਿਆਣਾ ਤੋਂ ਬਿਊਰੋ ਰਿਪੋਰਟ NC7 ਨਿਊਜ਼